ਭਾਈਚਾਰੇ ਨੇ ਪੰਜਾਬੀ ਗੀਤਕਾਰ ਐਮੀ ਵਿਰਕ ਦਾ ਕੀਤਾ ਵਿਰੋਧ। ਐਮੀ ਵਿਰਕ ਨੂੰ ਮਾਫ਼ੀ ਮੰਗਣ ਦੀ ਕੀਤੀ ਅਪੀਲ। ਐਮੀ ਵਿਰਕ ਦੀ ਤਰਫ ਤੋਂ ਸੁਪਨਾ ਫਿਲਮ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਗੁਰੂਆਂ ਬਾਰੇ ਕੀਤਾ ਗਿਆ ਅਪਮਾਨ, ਜਜ਼ਾ ਵਿਰੋਧ ਹਰ ਪਾਸੇ ਹੁੰਦਾ ਨਜ਼ਰ ਆ ਰਿਹਾ ਹੈ। ਮੇਰਾ ਨਾਂ ਸ਼ੇਰ ਖਾਨ ਹੈ, ਮੈਂ ਮੈਂਬਰ ਮਾਇਨੋਰਟੀ ਕਮਿਸ਼ਨ ਘੱਟ ਗਿਣਤੀ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਮੈਂਬਰ ਵੀ ਹਾਂ। ਅੱਜ ਦਾ ਕਾਰਨ ਤਾਂ ਇਹੀ ਹੈ ਵੀ ਕਿ ਜਿਵੇਂ ਕਿ ਇੱਕ ਪਿਕਚਰ ਆਈ ਸੀ ਪੰਜਾਬੀ ਪਿਕਚਰ ਸੁਪਨਾ, ਜਿਸ ਦੇ ਵਿੱਚ ਇਹ ਗਾਣੇ ਦੇ ਉੱਪਰ ਸਾਡੇ ਪਿਆਰੇ ਨਬੀ ਹਜ਼ੂਰੇ ਪਾਕ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੇ ਬਾਰੇ ਕਿਹਾ ਗਿਆ ਵੀ ਤੂੰ ਮੇਰਾ ਰਸੂਲ ਹੈ, ਤੂੰ ਮੇਰਾ ਅੱਲਾ ਹੈ। ਸੋ ਅੱਲਾ ਅਤੇ ਰਸੂਲ ਦੇ ਬਾਰੇ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਸੋ ਇਸ ਕਰਕੇ ਅੱਜ ਇਹ ਇੱਕ ਮੰਗ ਕੀਤੀ ਜਾ ਰਹੀ ਹੈ ਸਾਡੇ ਮਾਣਯੋਗ ਲੀਡਰ ਮਹਾਰਾਣੀ ਪ੍ਰਨੀਤ ਕੌਰ ਜੀ ਜਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅੱਗੇ। ਅਸੀਂ ਬੇਨਤੀ ਕਰਦੇ ਹਾਂ ਵੀ ਉਸ ਬੰਦੇ 'ਤੇ, ਚਾਹੇ ਉਹ ਕੋਈ ਸਿੰਗਰ ਹੈ, ਚਾਹੇ ਕੋਈ ਉਹ ਐਕਟਰ ਹੈ, ਉਸ 'ਤੇ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇ, ਜਾਂ ਫਿਰ ਉਹ ਮਾਫ਼ੀ ਮੰਗ ਕੇ ਗਾਂਹ ਨੂੰ ਕੋਈ ਐਸੀ ਗਲਤੀ ਨਾ ਕਰੇ। ਇਸ ਕਰਕੇ ਇਹ ਪ੍ਰੋਟੈਸਟ ਹੈ। ਇਹ ਐਮੀ ਵਿਰਕ ਹੈ ਜਿਹੜਾ ਸਿੰਗਰ ਹੈ, ਇਹ ਉਸਦੀ ਫਿਲਮ ਦੇ ਵਿੱਚ ਉਹਦੇ 'ਤੇ ਗਾਣਾ ਗਾ ਰਿਹਾ, ਤਾਂ ਉਸਦੇ ਵਿੱਚ ਕਿਹਾ ਗਿਆ ਤੂੰ ਮੇਰਾ ਅੱਲਾ, ਤੂੰ ਮੇਰਾ ਰਸੂਲ ਹੈ। ਇਸ ਤਰ੍ਹਾਂ ਦੀ ਗਲਤੀਆਂ ਕਰਨਾ ਕੀ ਸਮਝਦੇ ਹੋ ਕਿ ਨੌਜਵਾਨ ਕੀ ਸਿੱਖਣਗੇ, ਕਿਉਂਕਿ ਇਹਨਾਂ ਦੇ ਗਾਣੇ ਦੇਖ ਕੇ ਜਿਹੜੇ ਨੌਜਵਾਨ ਅੱਗੇ ਆਉਂਦੇ? ਦੇਖੋ, ਵੈਸੇ ਤਾਂ ਜੇਕਰ ਆਪਾਂ ਆਪਣੇ ਇਤਿਹਾਸ ਨੂੰ, ਭਾਰਤ ਦੇ ਨੂੰ ਦੇਖੀਏ ਤਾਂ ਸਾਰੇ ਹੀ ਭਾਈਚਾਰੇ ਦੇ ਨਾਲ ਮਿਲ ਕੇ ਰਹਿੰਦੇ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਔਰ ਕੋਈ ਧਰਮ ਜਾਂ ਕੋਈ ਵੀ ਜਾਤ ਇਹ ਨਹੀਂ ਸਿਖਾਉਂਦੀ ਵੀ ਕਿਸੇ ਦੂਜੇ ਧਰਮ ਦਾ ਅਨਾਦਰ ਕਰਨਾ ਜਾਂ ਕਿਸੇ ਦੂਜੇ ਧਰਮ ਨੂੰ ਮਾੜਾ ਕਹਿਣਾ, ਇਹ ਕਿਸੇ ਧਰਮ ਦੇ ਵਿੱਚ ਨਹੀਂ ਲਿਖਿਆ। ਔਰ ਸਾਡੇ ਭਾਰਤ ਦਾ ਜਾਂ ਸਾਡੇ ਪੰਜਾਬ ਦਾ ਤਾਂ ਇਹ ਇਤਿਹਾਸ ਰਿਹਾ ਵੀ ਅੱਜ ਤੱਕਰ ਜੋ ਕੋਈ ਵੀ ਐਸੀ ਗੱਲ ਹੋਈ ਹੈ ਤਾਂ ਸਾਰੇ ਹੀ, ਇਕੱਲਾ ਮੁਸਲਮਾਨ ਹੀ ਨਹੀਂ, ਸਾਰੇ ਲੋਕ ਉਸਦੀ ਨਿਖੇਧੀ ਕਰਦੇ ਨੇ ਮਿਲ ਕੇ, ਕਿਉਂਕਿ ਜਿਹੜੀ ਚਾਹੇ ਉਹ ਕਿਸੇ ਧਰਮ ਬਾਰੇ ਵੀ ਹੋ, ਅੱਜ ਤਾਂ ਉਹਨੇ ਅੱਲਾ ਅਤੇ ਪਿਆਰੇ ਰਸੂਲ ਬਾਰੇ ਬੋਲਿਆ, ਕੱਲ੍ਹ ਨੂੰ ਕਿਸੇ ਹੋਰ ਧਰਮ ਬਾਰੇ ਕੋਈ ਹੋਰ ਸਿੰਗਰ ਕਰ ਸਕਦਾ, ਤਾਂ ਜੇ ਕੋਈ ਹੋਰ ਸਿੰਗਰ ਕਿਸੇ ਹੋਰ ਧਰਮ ਬਾਰੇ ਵੀ ਕਰਦਾ, ਅਸੀਂ ਉਹਦਾ ਵੀ ਵਿਰੋਧ ਕਰਾਂਗੇ। ਇਹ ਨਹੀਂ ਵੀ ਅੱਜ ਉਹਨੇ ਅੱਲਾ ਅਤੇ ਰਸੂਲ ਬਾਰੇ ਕਿਹਾ ਅਸੀਂ ਉਹਦਾ ਵਿਰੋਧ ਤਾਂ ਕਰ ਰਹੇ ਹਾਂ। ਅਸੀਂ ਹਰ, ਚਾਹੇ ਉਹ ਕਿਸੇ ਧਰਮ ਬਾਰੇ ਵੀ ਕੋਈ ਟਿੱਪਣੀ ਕਰਦਾ, ਕੋਈ ਸਿੰਗਰ ਹੈ, ਚਾਹੇ ਕੋਈ ਐਕਟਰ ਹੈ, ਚਾਹੇ ਡਾਇਰੈਕਟਰ ਹੈ, ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਾਂਗੇ। ਔਰ ਜਿਹੜੀ ਬਣਦੀ ਕਾਰਵਾਈ ਹੈ ਅਸੀਂ ਮੰਗ ਕਰਦੇ ਹਾਂ ਉਹਦੇ 'ਤੇ ਕੀਤੀ ਹੈ। ਜੇਕਰ ਨਹੀਂ ਮਾਫ਼ੀ ਮੰਗੀ ਜਾਊਗੀ, ਜਿਹੜਾ ਘੱਟ ਗਿਣਤੀ ਕਮਿਸ਼ਨ ਹੈ ਪੰਜਾਬ ਦਾ, ਉਹਨੂੰ ਸੰਮਣ ਕਰੂਗਾ। ਅਸੀਂ ਉਰੋਂ, ਮੈਂ, ਬਹਾਦਰ ਖਾਨ ਜੀ ਦੋ ਮੈਂਬਰ ਨੇ ਘੱਟ ਗਿਣਤੀ ਕਮਿਸ਼ਨ ਦੇ ਪਟਿਆਲਾ ਦੇ ਵਿੱਚੋਂ, ਇਸੇ ਤਰ੍ਹਾਂ ਪੂਰੇ ਪੰਜਾਬ ਦੇ 7 ਮੈਂਬਰ ਨੇ। ਔਰ ਸਾਡੇ ਚੇਅਰਮੈਨ ਨੂੰ ਅਸੀਂ ਦਰਖਾਸਤ ਕਰਾਂਗੇ, CM ਸਾਹਿਬ ਨੂੰ ਐਪਲੀਕੇਸ਼ਨ ਦੇਵਾਂਗੇ, ਮਹਾਰਾਣੀ ਸਾਹਿਬ ਨੂੰ ਐਪਲੀਕੇਸ਼ਨ ਦੇਵਾਂਗੇ, ਜੋ MP ਨੇ ਸਾਡੇ ਮੈਂਬਰ ਪਾਰਲੀਮੈਂਟ, ਸਾਡੇ ਲੀਡਰ ਵੀ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਹ ਜਿਹੜੀ ਅੱਜ ਇੱਕ ਮੁਸਲਿਮ ਭਾਈਚਾਰੇ ਨਾਲ ਹੋਈ ਹੈ, ਕੱਲ੍ਹ ਨੂੰ ਕਿਸੇ ਹੋਰ ਭਾਈਚਾਰੇ ਨਾਲ ਵੀ ਹੋ ਸਕਦੀ ਹੈ। ਤੋ ਅਸੀਂ ਚਾਹੁੰਦੇ ਹਾਂ ਵੀ ਇਹਦੇ 'ਤੇ ਲਗਾਮ ਲਾਈ ਜਾਵੇ ਤਾਂ ਕਿ ਕਿਸੇ ਹੋਰ ਧਰਮ ਦੇ ਬਾਰੇ ਵੀ ਕੋਈ ਵੀ ਐਕਟਰ ਜਾਂ ਡਾਇਰੈਕਟਰ ਕੱਲ੍ਹ ਨੂੰ ਖੜ੍ਹਾ ਹੋ ਕੇ ਕੋਈ ਟਿੱਕਾ ਟਿੱਪਣੀ ਨਾ ਕਰ।